ਨਮਸਕਾਰ ਖਬਰਾਂ ਦੇ ਬੁਲੇਟਿਨ 'ਚ ਸਵਾਗਤ ਮੈਂ ਹਾਂ ਕੁਸਮ ਸੋਨੀਆ ਸਭ ਤੋਂ ਪਹਿਲਾਂ ਚੌੜੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਕੈਬਨਿਟ ਦਾ ਵਿਸਥਾਰ ਰਾਸ਼ਟਰਪਤੀ ਨੇ 43 ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਨਰਾਇਣ ਰਾਣੀ ਅਤੇ ਜੋਤੀਰਦਿੱਤਿਆ ਸਣੀ ਸੱਤ ਨਵੇਂ ਚਿਹਰਿਆਂ ਨੂੰ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ ਕਿਰਨ ਰੇਜੀਜੂ ਹਰਦੀਪ ਸਿੰਘ ਪੂਰੀ ਅਤੇ ਅਨੁਰਾਗ ਠਾਕੁਰ ਸਮੇਤ 8 ਮੰਤਰੀਆਂ ਦਾ ਦਰਜਾ ਵਧਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਨਵੇਂ ਬਣਾਏ ਗਏ 28 ਰਾਜ ਮੰਤਰੀਆਂ ਵਿੱਚ 6 ਔਰਤਾਂ ਵੀ ਸ਼ਾਮਲ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਦਲੀਪ ਕੁਮਾਰ ਦਾਦੇਹਾਨ ਮੁੰਬਈ ਦੇ ਜਹੂ ਕਬਰਿਸਤਾਨ ਵਿੱਚ ਚਨਨੂਪੁਰੇ ਸਰਕਾਰੀ ਸਨਮਾਨ ਨਾਲ ਸਪੁਰ ਦੇ ਹਾਕ ਕੀਤਾ ਗਿਆ। ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਉੱਗੇ ਨੇਤਾਵਾਂ ਵੱਲੋਂ ਡੂੰਗੇ ਦੁੱਖ ਦਾ ਪ੍ਰਗਟਾਵਾ। ਦੇਸ਼ ਵਿੱਚ ਬੀਤੇ ਦਿਨ 43733 ਨਵੇਂ ਕੋਰੋਨਾ ਮਾਮਲੇ ਦਰਜ, ਬੀਤੇ 24 ਘੰਟਿਆਂ ਵਿੱਚ 930 ਕੋਰੋਨਾ ਮਰੀਜ਼ਾਂ ਦੀ ਮੌਤ। कोरोना तो ठीक पहुंच दी 99.18% ਤੇ ਪਹੁੰਚੀ ਦੇਸ਼ ਵਿਆਪੀ ਟਿਕਾਕਰਨ ਮੋਹਿੰਦ੍ਰਾਨ ਹੁਣ ਤੱਕ 36 ਕਰੋੜ 13 ਲੱਖ ਤੋਂ ਵੱਧ ਲੋਕਾਂ ਦਾ ਟਿਕਾਕਰਨ ਕੀਤਾ ਗਿਆ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਸੂਬੇ ਵਿੱਚ ਦੋ ਹੋਰ ਸੈਨਿਕ ਸਕੂਲ ਸਥਾਪਿਤ ਕਰਨ ਦੀ ਮੰਗ ਕੀਤੀ। ਧੌਣ ਖਬਰਾਂ ਦਾ ਵਿਸਤਾਰ ਕੇਂਦਰੀ ਕੈਬਨਿਟ ਵਿੱਚ ਅੱਜ 43 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਪਵੰਦੇ ਦਰਬਾਰ ਹਾਲ ਵਿੱਚ ਆਯੋਜਿਤ ਕੀਤੇ ਗਏ ਇੱਕ ਸਮਾਗਮ ਦੌਰਾਨ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸੌਂਚਾਈ ਨਵੇਂ ਮੰਤਰੀਆਂ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਨੰਦ ਸੋਨਵਾਲ ਵੀ ਸ਼ਾਮਲ ਹੈ ਜਿਨ੍ਹਾਂ ਹੋਰ ਪੰਜ ਸੰਸਦ ਮੈਂਬਰਾਂ ਨੂੰ ਕੈਬਨਿਟ ਮੰਤਰੀ ਵਜੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਜੋਤਿਰਾ ਦਿਤੀਆ ਸਿੰਧਿਆ ਡਾਕਟਰ ਵਿਰਿੰਦਰ ਕੁਮਾਰ ਰਾਮਚੰਦਰ ਪ੍ਰਸਾਦ ਸਿੰਘ ਅਸ਼ਵਨੀ ਵੈਸ਼ਨਵ ਪਸ਼ੂਪਤੀ ਕੁਮਾਰ ਪਾਰਸ ਸ਼ਾਮਲ ਨੇ मैं मैं नारायण तातुर ईश्वर की शपथ लेता हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूँगा मैं भारत की प्रभुता अखंडता अक्षुण रखूँगा मैं संघ के मंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगा तथा मैं ਭਈਆ ਪੱਖਪਾਤ ਅਨੁਰਾਗ ਜਾਂ ਧ੍ਰੇਸ਼ ਕੇ 18 ਰਾਜ ਮੰਤਰੀਆਂ ਦਾ ਦਰਜਾ ਵਧਾ ਕੇ ਉਹਨਾਂ ਨੂੰ ਕੈਬਨਿਟ ਮੰਤਰੀ ਵਜੋਂ ਸੌਂ ਚੁਕਾਈ ਗਈ ਹੈ ਇਹਨਾਂ ਮੰਤਰੀਆਂ ਵਿੱਚ ਕਿਰਨਬ੍ਰਿਜ ਜੀਜੂ ਰਾਜਕੁਮਾਰ ਸਿੰਘ ਹਰਦੀਪ ਸਿੰਘ ਪੁਰੀ ਮਨਸੁਖ ਮਾਨਵਿਆ ਭੁਪੇਂਦਰ ਯਾਦਵ पुरुषोत्तम रिजिजू ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा मैं भारत की प्रभुता और अखंडता अक्षुण रखूंगा मैं संघ के मंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूंगा तथा मैं भय या पक्षपात अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगा। राज्य मंत्रियों वजो सौ चुकन वाले पंकज चौधरी अनुप्रिया सिंह पटेल एस पी सिंह बघेल राजीव चंद्र शेखर शोभा करंदलाजे भानु प्रताप सिंह वर्मा दर्शना विक्रम मीनाक्षी लेखी अन्नपूर्णा देवी ए नारायण स्वामी कौशल किशोर अजयपट्ट बीएल वर्मा अजय कुमार देवू सिंह चौहान भगवान खुबा कपिल मोरेश्वर पाटिल प्रतिमा भ्रोमिक डॉक्टर सुभाष सरकार भागवत किशन राव कराड़ डॉक्टर राजकुमार रंजन सिंह डॉक्टर पार्थी परवीन पवार विश्वेश्वर टुडू शांतनु ठाकुर डॉक्टर मुंजापारा महेंद्र भाई जॉन बारला डॉक्टर एल मुरुगन ਤੇ ਨਿਸ਼ਚਿਤ ਪ੍ਰਮਾਣਿਕ ਸ਼ਾਮਲ ਨੇ ਕੈਬਨਟ ਵਿੱਚ ਸ਼ਾਮਲ ਕੀਤੇ ਗਏ ਮੰਤਰੀਆਂ ਵਿੱਚ 35 ਨਵੇਂ ਚਿਹਰੇ ਨੇ ਜਿਨ੍ਹਾਂ ਵਿੱਚ 6 ਮਹਿਲਾਵਾਂ ਨੂੰ ਵੀ ਰਾਜ ਮੰਤਰੀਆਂ ਵਜੋਂ ਸੌਂਚ ਚੁਕਾਈ ਗਈ ਹੈ ਸੌਂਚ ਚੁਕ ਸਮਾਗਮ ਦੌਰਾਨ ਉਪ ਰਾਸ਼ਟਰਪਤੀ ਐਮ ਬਿੰਕਿਆ ਨਾਇਡੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਲੋਕ ਸਭਾ ਦੇ ਸਪੀਕਰ ਓਮ 버ਲਾ ਤੋਂ ਇਲਾਵਾ ਕੇਂਦਰੀ ਕੈਬਨਟ ਦੇ ਕਈ ਹੋਰ ਮੰਤਰੀ ਵੀ ਮੌਜੂਦ ਸਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਟ੍ਰੈਜੇਡੀ ਕਿੰਗ ਦਿਲੀਪ ਕੁਮਾਰ ਦਾ ਅੱਜ ਸਵੇਰੇ ਮੁੰਬਈ ਦੇ ਖਾਸਪਤਾਲ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਉਹਨਾਂ ਨੂੰ ਪਿਛਲੇ ਬੁੱਧਵਾਰ ਮੁੰਬਈ ਦੇ ਸਿਟੀ ਹਸਪਤਾਲ ਵਿੱਚ ਸਾਹ ਦੀ ਸਮੱਸਿਆ ਪੇਸ਼ ਆਉਣ ਤੇ ਦਾਖਲ ਕਰਵਾਇਆ ਗਿਆ ਸੀ ਗਲੀਬ ਕੁਮਾਰ ਆਪਣੀ ਧਰਮ ਪਤਨੀ ਸਾਇਰਾ ਬਾਨੋ ਨੂੰ ਹੀ ਨਹੀਂ ਸਗੋਂ ਲੱਖਾਂ ਪ੍ਰਸ਼ੰਸਕਾਂ ਨੂੰ ਵੀ ਵਿਛੋੜਾ ਦੇ ਗਏ ਨੇ। ਪਾਮਿਓ ਇਸ ਨश्वर ਸੰਸਾਰ ਤੋਂ ਵਿਦਾਈ ਲੈ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਸਿਨੇ ਪ੍ਰੇਮੀਆਂ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਹਮੇਸ਼ਾ ਬਣੀ ਰਹਿਣਗੀਆਂ। ਦਲੀਪ ਕੁਮਾਰ ਨੂੰ ਅੱਜ ਸ਼ਾਮ 5 ਵਜੇ ਮੁੰਬਈ ਦੇ ਸਾਂਤਾ ਕ੍ਰੋਜ਼ ਵਿਖੇ ਜੂਹੂ ਕਬਰਿਸਤਾਨ ਵਿੱਚ ਪੂਰੇ ਸਰਕਾਰੀ ਸਨਮਾਨ ਨਾਲ ਸពਰ ਦੇ ਹਾਕ ਕੀਤਾ ਗਿਆ। ਇਸ ਮੌਕੇ ਕਈ ਸਿਆਸੀ ਅਤੇ ਫਿਲਮੀ ਹਸਤੀਆਂ ਤੋਂ ਇਲਾਵਾ ਦਲੀਪ ਕੁਮਾਰ ਦੇ ਪ੍ਰਸ਼ੰਸਕ ਵੀ ਮੌਜੂਦ ਸਨ। ਉਹਨਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਪੂਰੇ ਬਾਲੀਵੁੱਡ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਮਾਇੂਸੀ ਛਾ ਗਈ। ਹਾਜ਼ਰ ਮੈਂ ਅੰਦਰ ਸ਼ਾਹਰੁਖ ਖਾਨ, ਅਨਿਲ ਕਪੂਰ, ਕਰਨ ਜੋਹਰ अनुपम खेर ਅਤੇ ਜੌਨੀ ਲੀਵਰ ਸਮੇਤ ਬਾਲੀਵੁੱਡ ਦੇ ਕਈ ਯੋਗ ਕਲਾਕਾਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਘਰ ਪਹੁੰਚ ਗਏ ਸਨ ਬਾਲੀਵੁੱਡ ਅਦਾਕਾਰ ਤੇ ਮੈਂਦਰ ਅਤੇ ਦਲੀਪ ਕੁਮਾਰ ਦੀ ਦੋਸਤੀ ਜਗ ظاہر ਹੈ ਦੇਸ਼ ਦੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਵੀ ਦਲੀਪ ਕੁਮਾਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਯੂਸਫ ਭਾਈ ਆਪਣੀ ਛੋਟੀ ਭੈਣ ਨੂੰ ਛੱਡ ਕੇ ਚਲੇ ਗਏ ਦਲੇਪ ਕੁਮਾਰ ਨੂੰ ਭਾਰਤੀ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਪਹਿਲਾ 1991 ਵਿੱਚ ਪਦਮ ਪੂਸ਼ਣ ਅਵਾਰਡ ਦਿੱਤਾ ਗਿਆ ਸੀ ਤੇ ਫਿਰ 2015 ਵਿੱਚ ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ 1994 ਵਿੱਚ ਉਹਨਾਂ ਨੂੰ ਦਾਦਾ ਸਾਹਿਬ ਹਾਲਕੇ ਪੁਰਸਕਾਰ ਨਾਲ ਨਵਾਜ਼ਿਆ ਗਿਆ ਉਹਨਾਂ ਨੂੰ ਪਾਕਿਸਤਾਨ ਸਰਕਾਰ ਵੱਲੋਂ 1998 ਵਿੱਚ ਉਥੋਂ ਦੇ ਸਭ ਤੋਂ ਵੱਡੇ ਨਾਗਰਿਕ ਅਵਾਰਡ ਨਿਸ਼ਾਨੇ ਇਮਤਿਆਜ਼ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਸਰਕਾਰ ਨੇ ਉਹਨਾਂ ਨੂੰ 1997 ਵਿੱਚ ਐਨਟੀਆਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਧੀਪ ਕੁਮਾਰ ਦਾ ਅਸਲੀ ਨਾਮ ਮੁਹੰਮਦ ਯੂਸਫ ਖਾਨ ਸੀ। ਉਹਨਾਂ ਨੇ ਫਿਲਮ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 1944 ਵਿੱਚ ਬਣੀ ਫਿਲਮ ਜਵਾਰ ਪਾਟਾ ਤੋਂ ਕੀਤੀ ਸੀ। ਟ੍ਰੈਜਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਧੀਪ ਕੁਮਾਰ ਨੇ ਪੰਜ ਦਹਾਕੀਆਂ ਦੇ ਆਪਣੇ ਫਿਲਮੀ ਕਰੀਅਰ ਵਿੱਚ 65 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ਅੰਦਾਜ਼, ਔਨ ਦਾਗ, ਦਇਆ, ਨਿਆ ਦੌਰ ਦੇਵਦਾਸ ਆਜ਼ਾਦ ਮੋਗਲਿਆਜ਼ਮ ਗੰਗਾ ਯਮੁਨਾ ਅਤੇ ਰਾਮ ਆ ਸ਼ਾਮ ਸ਼ਾਮਲੇ 1976 ਵਿੱਚ ਦਲੀਪ ਕੁਮਾਰ ਨੇ ਕੰਮ ਤੋਂ 5 ਸਾਲ ਦੀ ਬ੍ਰੇਕ ਲਈ ਉਸ ਤੋਂ ਬਾਅਦ 1981 ਵਿੱਚ ਉਹਨਾਂ ਨੇ ਕ੍ਰਾਂਤੀ ਫਿਲਮ ਨਾਲ ਵਾਪਸੀ ਕੀਤੀ ਉਹਨਾਂ ਦੀ ਆਖਰੀ ਫਿਲਮ ਕਿਲਾਸੀ ਜੋ 1998 ਵਿੱਚ ਰਿਲੀਜ਼ ਹੋਈ ਸੀ ਦਲੀਪ ਕੁਮਾਰ ਨੂੰ ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਵੀ ਮੰਨਿਆ ਜਾਂਦਾ ਹੈ ਉਹਨਾਂ ਦੇ ਦੇਹਾਂਤ ਨਾਲ ਇੱਕ ਅਧਿਆਇ ਦਾ ਅੰਤ ਹੋ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਦਿਲੀਪ ਕੁਮਾਰ ਨੇ ਆਪਣੇ ਆਪ ਨੂੰ ਉੱਭਰ ਰਹੇ ਭਾਰਤ ਦੇ ਇਤਿਹਾਸ ਵਿੱਚ ਢਾਲ ਲਿਆ ਸੀ ਉਪਰਾਸ਼ਟਰਪਤੀ ਐਮ ਬੀ ਕੇ ਨਾਇਡੂ ਨੇ ਕਿਹਾ ਕਿ ਵਿਸ਼ਵ ਦੇ ਸਿਨੇਮਾ ਨੇ ਭਾਰਤ ਦੇ ਮਹਾਨ ਫਿਲਮੀ ਅਦਾਕਾਰਾਂ ਵਿੱਚੋਂ ਇੱਕ ਨੂੰ ਗਵਾ ਲਿਆ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਉਹਨਾਂ ਨੂੰ ਟ੍ਰੈਜੇਡੀ ਕਿੰਗ ਵਜੋਂ ਜਾਣਿਆ ਜਾਂਦਾ ਸੀ ਪਰ ਉਸ ਮਹਾਨ ਅਦਾਕਾਰਾਂ ਵਿੱਚੋਂ ਇੱਕ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਅਮਰ ਨਇਆ ਦੌਰ ਗੰਗਾ ਯਮੁਨਾ ਮਧੂਮਤੀ ਆਰਾਮ ਆਰ ਸ਼ਾਮ ਲੋਕਾਂ ਦੇ ਦਿਲਾਂ ਵਿੱਚ ਇੱਕ ਯਾਦ ਵਾਂਗ ਜੁੜੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਲੀਪ ਕੁਮਾਰ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਉਨ੍ਹਾਂ ਨੇ ਕਈ ਪੀੜ੍ਹੀਆਂ ਨੂੰ ਆਪਣੀਆਂ ਫਿਲਮਾਂ ਰਾਹੀਂ ਮਨੋਰੰਜਨ ਪ੍ਰਦਾਨ ਕੀਤਾ ਅਤੇ ਨਵੀਂ ਜ਼ਿੰਦਗੀ ਜਿਉਣ ਦੀ ਸੇਧ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਭਾਰਤੀ ਫਿਲਮ ਸੰਤ ਵਿੱਚ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਸਿਨੇਮਾ ਪ੍ਰੇਮੀਆਂ ਦਾ ਕਈ ਪੀੜ੍ਹੀਆਂ ਦਾ ਮਨੋਰੰਜਨ ਕੀਤਾ ਅਤੇ ਭਾਰਤੀ ਸਿਨੇਮਾ ਤੋਂ ਇੱਕ ਮਹਾਨ ਕਲਾਕਾਰ ਵਿਛੜ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਚਾਵੜੇਕਰ ਨੇ ਦਿਲੀਪ ਕੁਮਾਰ ਦੇ ਦਿਹਾਂਤ ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਅਤੇ ਵਿਸ਼ਵ ਵਿੱਚ ਸੋਗ ਵਿਆਪਤ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਸ ਤੰਗਨਾਰ ਦਿਲੀਪ ਕੁਮਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਜੇ ਤੱਕ ਕੋਈ ਮੁਕਾਬਲਾ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 43733 ਨਵੇਂ ਕਰੋਨਾ ਮਾਮਲੇ ਦਰਜ ਕੀਤੇ ਗਏ ਬੀਤੇ 24 ਘੰਟਿਆਂ ਵਿੱਚ 930 ਕਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਦੇਸ਼ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44211 ਹੋ ਗਈ ਹੈ ਤਦ ਕੇ 47240 ਲੋਕਾਂ ਨੂੰ ਸਿਹਤ ਯਾਬ ਹੋਣ ਤੋਂ ਬਾਅਦ ਘਰੀ ਭੇਜ ਦਿੱਤਾ ਗਿਆ ਹੈ ਅਤੇ ਸਿਹਤ ਯਾਬ ਹੋਣ ਵਾਲਿਆਂ ਦੀ ਗਿਣਤੀ 2 ਕਰੋੜ 97 ਲੱਖ 99534 ਹੋ ਗਈ ਹੈ ਅਤੇ ਇਸ ਤਰ੍ਹਾਂ ਸਿਹਤ ਯਾਬੀ ਦੀ ਦਰ 99.18% ਤੱਕ ਪਹੁੰਚ ਗਈ ਹੈ ਮੰਤਰਾਲਾ ਅਨੁਸਾਰ ਇਸ ਵੇਲੇ ਦੇਸ਼ ਵਿੱਚ 4,08,920 ਐਕਟਿਵ ਮਾਮਲੇ ਨੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਸਾਲ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੌਰਾਨ ਹੁਣ ਤੱਕ 36 ਕਰੋੜ 13 ਲੱਖ 23548 ਲੋਕਾਂ ਨੂੰ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਇਹਨਾਂ ਵਿੱਚ 36 ਲੱਖ 59998 ਲਾਪਾਤਰੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਬੀਤੇ ਦਿਨ ਟੀਕੇ ਦੀ ਖੁਰਾਕ ਦਿੱਤੀ ਗਈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਪੰਜਾਬ ਵਿੱਚ 2 ਵਾਧੂ ਸੈਨਿਕ ਸਕੂਲ ਸਥਾਪਿਤ ਕਰਨ ਲਈ ਮਨਜ਼ੂਰੀ ਦੇਣ ਦੀ ਮੰਗ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਫੌਜੀ ਸਨਮਾਨ ਅਤੇ ਬਹਾਦਰੀ ਸਨਮਾਨਾਂ ਦੇ ਲਿਹਾਜ਼ ਨਾਲ ਪੰਜਾਬ ਸੈਨਾ ਵਿੱਚ ਸਭ ਤੋਂ ਵੱਧ ਸਨਮਾਨ ਹਾਸਲ ਕਰਨ ਵਾਲਾ ਭਾਰਤ ਦਾ ਸੂਬਾ ਹੈ ਜਦਕਿ ਪੰਜਾਬ ਤੋਂ ਬਾਅਦ ਦੂਜੇ ਨੰਬਰ ਤੇ ਆਉਣ ਵਾਲੇ ਸੂਬੇ ਵਿੱਚ ਪੰਜਾਬ ਦੇ ਮੁਕਾਬਲੇ ਅੱਧੇ ਨਾਲੋਂ ਵੀ ਘੱਟ ਫੌਜੀ ਸਨਮਾਨ ਮਿਲੇ ਨੇ ਇਹਨਾਂ ਸੱਬਦ ਦੇ ਬਾਵਜੂਦ ਪੰਜਾਬ ਵਿੱਚ ਕਪੂਠਲਾ ਵਿਖੇ ਸਿਰਫ ਇੱਕੋ ਹੀ ਸੈਨਿਕ ਸਕੂਲ ਹੈ ਅਤੇ ਹੁਣ ਪੰਜਾਬ ਗੁਰਦਾਸਪੁਰ ਅਤੇ ਬਠਿੰਡਾ ਵਿੱਚ ਦੋ ਹੋਰ ਸੈਨਿਕ ਸਕੂਲ ਸਥਾਪਿਤ ਕਰਨ ਦੀ ਮੰਗ ਕਰਦਾ ਹੈ ਰੱਖਿਆ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਕਦਮ ਚੁੱਕਣ ਦਾ ਭਰੋਸਾ ਦਿਵਾਇਆ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਨਿੱਜੀ ਤੌਰ ਤੇ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਰੱਖਿਆ ਲਈ ਪੰਜਾਬ ਦੇ ਸਿੱਖਾਂ ਅਤੇ ਹੋਰ ਪੰਜਾਬੀਆਂ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਨੇ ਰਾਜਨਾਥ ਸਿੰਘ ਵੱਲੋਂ ਪੰਜਾਬ ਦੀ ਪ੍ਰਸ਼ੰਸਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਇੱਕ ਚਿੱਠੀ ਰੱਖਿਆ ਮੰਤਰੀ ਨੂੰ ਸੌਂਪੀ ਉਹਨੇ ਦੱਸਿਆ ਕਿ ਸੂਬਾ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਡਾਲਾ ਗੋਰੀਆਂ ਵਿਖੇ 40 ਏਕੜ ਜ਼ਮੀਨ ਸੈਨਿਕ ਸਕੂਲ ਲਈ ਅਲਾਟ ਕੀਤੀ ਹੈ ਪਰ ਪੰਜਾਬ ਬਠਿੰਡਾ ਜ਼ਿਲ੍ਹੇ ਵਿੱਚ ਵੀ ਸੈਨਿਕ ਸਕੂਲ ਖੋਲਣਾ ਚਾਹੁੰਦਾ ਹੈ ਇਸ ਲਈ ਹਾਲ ਨਾ ਪੰਜਾਬ ਦੇ ਮਾਝਾ ਦੁਆਬਾ ਤੇ ਮਾਲਵਾ ਤਿੰਨੋਂ ਖੇਤਰਾਂ ਵਿੱਚ ਇੱਕ ਇੱਕ ਸੈਨਿਕ ਸਕੂਲ ਹੋ ਜਾਵੇਗਾ ਮਨਪ੍ਰੀਤ ਸਿੰਘ ਬਾਦਲ ਨੇ ਰੱਖਿਆ ਮੰਤਰਾਲੇ ਨੂੰ ਪਠੰਡਾ ਵਿਖੇ ਇੱਕ ਆਧੁਨਿਕ ਬੱਸ ਸਟੇਸ਼ਨ ਅਤੇ ਟਰਮੀਨਲ ਸਥਾਪਿਤ ਕਰਨ ਦੀ ਕਲੀਅਰੈਂਸ ਦੇਣ ਲਈ ਵੀ ਕਿਹਾ ਉਨਾ ਕਹਿ ਕਿਉਂ ਜੋ ਇਹ ਥਾਂ ਮਠੰਡਾ ਮਿਲਟਰੀ ਛੌਨੀ ਦੇ ਬਿਲਕੁਲ ਲੱਗ ਗਿਆ ਇਸ ਲਈ ਇਸ ਵਾਸਤੇ ਕੋਈ ਇਤਰਾਜ਼ ਨਹੀਂ ਦੇ ਰਸਮੀ ਸਰਟੀਫਿਕੇਟ ਦੀ ਲੋੜ ਹੈ ਪੰਜਾਬ ਦੇ ਸਾਬਕਾ ਡੀਜੀਪੀ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਪਦਮਸ਼੍ਰੀ ਮੁਹੰਮਦ ਇਜ਼ਹਾਰ ਆਲਮ ਨੂੰ ਅੱਜ ਪੂਰੇ ਸਰਕਾਰੀ ਸਨਮਾਨ ਨਾਲ ਸਰਹਿੰਦ ਦੇ ਦੋ ਰੋਜ਼ਾ ਸ਼ਰੀਫ ਕਬਰਿਸਤਾਨ ਵਿਖੇ ਸਪੁਰ ਦਿਖਾਤ ਕਰ ਦਿੱਤਾ ਗਿਆ ਇਸ ਮੌਕੇ ਪੁਲਿਸ ਵੱਲੋਂ ਹਵਾਈ ਫਾਇਰ ਕਰਕੇ ਉਹਨਾਂ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਿਧਾਨ ਕਾਰ ਗੁਰਪ੍ਰੀਤ ਸਿੰਘ ਜੀਪੀ ਰੋਜ਼ਾ ਸ਼ਰੀਫ ਸਰਹਿੰਦ ਦੇ ਖਲੀਫਾ ਸੈਦ ਮੁਹੰਮਦ ਸਾਦਿਕ ਰਜ਼ਾ ਮੁਜੱਦਦੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਮੁਖੀ ਅਮਨੀਤ ਕੋਂਡਲ ਤੋਂ ਇਲਾਵਾ ਪੰਜਾਬ ਦੇ ਕਈ ਮੌਜੂਦਾ ਅਤੇ ਸਾਬਕਾ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ ਜੀਪੀ ਮੁਹੰਮਦ ਜ਼ਾਹਰ ਹਲਫ ਸਾਹਿਬ ਉਹਨਾਂ ਦਾ ਕੱਲ ਇੰਤਕਾਲ ਹੋ ਗਿਆ ਅਜਿਹਾ ਨਸਪੁਰ ਦੇ ਖਾਣਨ ਵਾਸਤੇ ਅੱਜ ਹੀ ਤੇ ਦਫਨਾਣ ਲਈ ਲਿਆਇਆ ਗਿਆ ਹੈ ਤੇ ਅਜੋਨ ਅਜ 2 ਵਜੇ ਤੋਂ ਬਾਅਦ ਨਮਾਜ਼ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੇ ਨਹੀਂ ਤਸਦੀਨ ਕੀਤੀ ਜਾਏਗੀ ਇਸ ਮੌਕੇ ਤੇ ਪੰਜਾਬ ਦੇ ਸਾਰੇ ਉੱਚ ਅਧਿਕਾਰੀ ਜਿਹੜੇ ਐਡਬਿਸ਼ ਦੇ ਲੋਕ ਜਿਹੜੇ ਤੇ ਬਹੁਤ ਉੱਚੇ ਸਾਡੇ ਰਿਟਾਇਰ ਡੀਜੀ ਪੰਜਾਬ ਪੁਲਿਸ ਮੁਹੰਮਦ ਜ਼ਾਰ ਆलम ਜਿਸ ਦੀ ਕਵਰੀਅਰਲੀ ਸਰਮਨੀ ਸੀ ਜੀ ਉਹਨਾਂ ਦੀ ਫੈਮਿਲੀ ਚੰਡੀਗੜ੍ਹ ਆਈ ਸੀ ਤੇ ਸਾਡੇ ਵੀ ਸੀਨੀਅਰ ਪੁਲਿਸ ਦੇ ਆਫਸਰਸ ਅਰ ਸਿਵਲ ਦੇ ਆਫਸਰਸ ਆਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਆਪਣੀ ਡਿਊ ਰਿਸਪੈਕਟ ਉਹਨਾਂ ਨੂੰ ਦਿੱਤੀ ਤੇ ਉਹਨਾਂ ਦਾ ਅੰਦਰ ਸਰਮਨੀ ਚੱਲ ਰਹੀ ਸੀ ਇਸ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਦੀ ਸਮਾਪਤੀ ਧੰਨਵਾਦ